ਔਨਲਾਈਨ ਤੇ লাইভ ক্লাস ਦਾ ਸਮਾਂ ਹੋ ਚੁੱਕਾ ਹੈ ਜੀ। ਆਲਰੇਡੀ ਆਪਾਂ 5-7 ਮਿੰਟ ਲੇਟ ਹੋ ਗਏ ਆ। ਜਲਦੀ ਪਹੁੰਚੋ। ਵੀਡੀਓ ਨੂੰ ਸ਼ੇਅਰ ਕਰ ਦਿਓ। ਤਾਂ ਕਿ ਜਲਦ ਜੁਆਇਨ ਕਰ ਸਕਣ ਸਾਰੇ। ਵੈਸੇ ਵੀ ਅੱਜ ਘਾਟੇ ਹੋਣਗੇ ਕਿਉਂਕਿ ਵੇਟ ਕਰਦੇ ਕਰਦੇ ਵਾਪਸ ਚਲੇ ਗਏ ਹੁਣੇ ਨੈਟਵਰਕ ਦੇ ਕਰਕੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਆ। ਆਡੀਓ ਵੀਡੀਓ ਕਨਫਰਮੇਸ਼ਨ ਦਿਓ ਕਿ ਸਭ ਕੁਝ ਸਹੀ ਚੱਲ ਰਿਹਾ ਜਾਂ ਨਹੀਂ। ਹਾਂਜੀ ਕਲਾਸ ਨੰਬਰ ਹੈ ਜੀ 82 ਤੇ ਅੱਜ ਦਾ ਆਪਣਾ ਵਿਸ਼ਾ ਹੈ ਸਵੈ ਜੀਵਨੀ ਦਲੀਪਕੌਰ ਟਿਵਾਣਾ ਦੀ ਇਹਨਾਂ ਦੇ ਅਬਾਊਟ ਆ ਸਵੈ ਜੀਵਨੀ ਦਾ ਅਬਾਊਟ ਡਿਸਕਸ ਕਰਾਂਗੇ ਸੋ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਵੱਧਦੇ ਆਂ ਫਰਸਟ ਕੁਐਸਚਨ ਦੇ ਵੱਲ ਪਹਿਲਾ ਕੁਐਸਚਨ ਹੈ ਜੀ ਦਲੀਪਕੌਰ ਟਿਵਾਣਾ ਦਾ ਜਨਮ ਅਤੇ ਮੌਤ ਕਦੋਂ ਹੋਈ ਦੇਖੋ ਜਨਮ ਈਅਰ ਮੈਂਸ਼ਨ ਹੈ ਬਟ ਮੌਤ ਦਾ ਈਅਰ ਤੁਸੀਂ ਆਪਣੇ ਕੋਲੋਂ ਕਮੈਂਟ ਕਰਨਾ ਹੈ ਫਸਟ ਜੀ ਕੁਐਸਚਨ 1900 ਫਸਟ অপਸ਼ਨ ਹੈ ਜੀ 1925 ਬੀ 1935 ਸੀ 1945 ਡੀ 1955 ਨਮਸਕਾਰ ਸਤਿ ਸ਼੍ਰੀ ਅਕਾਲ ਸਭ ਨੂੰ ਆਨਸਰ ਬੀ ਆਪਸ਼ਨ ਕੀਤਾ ਜਾ ਰਿਹਾ 1935 ਜਨਮ 1935 ਤੇ ਮਰਨ ਵੀ ਦੱਸਿਆ ਜਾਵੇ 2020 ਆਨਸਰ ਆ ਰਿਹਾ ਸੋ ਠੀਕ ਹੈ ਜੀ ਜਿਹੜੇ ਵੀ ਆਨਸਰ 2020 ਕਰ ਰਹੇ ਨੇ ਪਰ ਜਨਮ ਦੇ ਬਾਰੇ ਇੱਕ ਗੱਲ ਹੋਰ ਜਾਣ ਲਓ ਕਿ ਇਹਨਾਂ ਦੇ ਖੁਦ ਦੇ ਅਨਸਾਰ ਜਿਹੜਾ ਜਨਮ ਸਾਲ ਹੈ ਉਹ 1932 ਦੱਸਿਆ ਗਿਆ ਹੈ ਸਵੈ ਜੀਵਨੀ ਦੇ ਵਿੱਚ ਇਦਾਂ ਹੀ ਬਹੁਤ ਸਾਰੇ ਲੇਖਕ ਹਾਂ ਜੋ ਕਿ ਉਹਨਾਂ ਦੇ ਖੁਦ ਦੇ ਅਨਸਾਰ ਤਾਂ ਕੁਝ ਹੋਰ ਹੈ ਪਰ ਦੂਜੇ ਲੇਖਕ ਕੁਝ ਹੋਰ ਮੰਨਦੇ ਆ ਤੇ ਬੋਰਡ ਵੀ ਉਸ ਨੂੰ ਹੀ ਸਹੀ ਮੰਨਦਾ ਹੈ ਇਹਦਾ ਰੀਜ਼ਨ ਕੀ ਹੈ ਸਮਝ ਨਹੀਂ ਆਈ ਗੱਲ ਵੀ ਜਿਹੜੇ ਬੰਦੇ ਦੀ ਖੁਦ ਦੀ ਦੱਸੀ ਹਮੇਸ਼ਨ ਉਸ ਨੂੰ ਨਹੀਂ ਮੰਨਿਆ ਜਾ ਰਿਹਾ ਕਿ ਕਿਸੇ ਹੋਰ ਦੇ ਦੁਆਰਾ ਦੱਸੀ ਹੋਈ ਇਸ ਨੂੰ ਬੰਦੇ ਯਾਰ ਕੁਐਸਚਨ ਨੰਬਰ 2 ਦਲੀਪ ਘੋੜ ਟਿਵਾਣਾ ਦੀ ਸਹਿਜ ਜੀਵਨੀ ਦਾ ਨਾਮ ਕੀ ਹੈ অপਸ਼ਨ A ਨੰਗੇ ਪੈਰਾਂ ਦਾ ਸਫਰ B ਕੂੜਾ ਕਬੜ C ਪੁੱਛਦੇ ਹੋ ਤਾਂ ਸੁਣੋ D ਆਪਣੀ ਛਾਵੇਂ ਪ੍ਰਸ਼ਨ ਨੰਬਰ 2 ਆਨਸਰ ਆ ਰਿਹਾ ਜੀ A অপਸ਼ਨ ਨੰਗੇ ਪੈਰਾਂ ਦਾ ਸਫਰ ਠੀਕ ਹੈ ਜੀ ਜਿਹੜੇ ਵੀ ਆਨਸਰ A ਦੇ ਨਾਲ ਜਾ ਰਿਹਾ ਕੁਐਸਚਨ ਨੰਬਰ ਤਿੰਦੇ ਬਲਵੱਦੀ ਜੀ ਤਿੰਨ ਨੰਬਰ ਹੈ ਦਿਲੀਪ ਘੋਟਿਆਣਾ ਦੀ ਸਾਇਤਿਕ ਸਵੈ ਜੀਵਨੀ ਦਾ ਨਾਮ ਦੱਸੋ ਆਪਸ਼ਨ A ਨੰਗੇ ਪੈਰਾਂ ਦਾ ਸਫਰ B ਆਪਣੀ ਛਾਵੇਂ C ਸਿਖਰ ਦੁਪਹਿਰ ਤੇ D ਪੁੱਛਦੇ ਹੋ ਤਾਂ ਸੁਣੋ ਦੇਖੋ ਯੂਜੀਸੀ ਨੈਟ ਦੇ ਲਈ ਕੁਝ ਪੁੱਛਦੇ ਆ ਕਿ ਇਹ ਕਲਾਸਸ ਯੂਜੀਸੀ ਨੈਟ ਦੇ ਲਈ ਨੇ ਤਾਂ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਚੈਨਲ ਤੇ ਪਈ ਹੋਈ ਪੰਜਾਬੀ ਦੀ ਹਰ ਵੀਡੀਓ ਯੂਜੀਸੀ ਨੈਟ ਦੇ ਲਈ ਹੈ ਚਾਹੇ ਉਹ ਬਿਲਕੁਲ ਈਜ਼ੀ ਕੁਐਸਚਨ ਆ ਚਾਹੇ ਉਹ ਯੂਟੀਟੀ ਲਈ ਕਲਾਸ ਲੱਗੀ ਹੈ ਚਾਹੇ ਮਾਸਟਰ ਕਾਡਰ ਚਾਹੇ ਲੈਕਚਰਰ ਕਿਸੇ ਵਾਸਤੇ ਵੀ ਲੱਗੀ ਕਲਾਸ ਯੂਜੀਸੀ ਨੈਟ ਦੇ ਲਈ ਹੈ ਤੇ ਅਸਿਸਟੈਂਟ ਪ੍ਰੋਫੈਸਰ ਦੀ ਕੋਈ ਪੋਸਟ ਨਿਕਲਦੀ ਤਾਂ ਉਹਦੇ ਲਈ ਹੈ ਇਸ ਲਈ ਕਹਿ ਰਹੇ ਕਿ ਹਰ ਇੱਕ ਕਲਾਸ ਚੈਨਲ ਤੇ ਪਈ ਹੋਈ ਉਹ ਅਸਿਸਟੈਂਟ ਪ੍ਰੋਫੈਸਰ ਯੂਜੀਸੀ ਨੈਟ ਸਭ ਦੇ ਲਈ ਹੈ ਜੀ लेवल ਉਹਦਾ ਹਾਈ ਹੁੰਦਾ ਇਸ ਕਰਕੇ ਸੋ ਆਨਸਰ ਆ ਰਿਹਾ ਜੀ ਡੀ ਆਪਸ਼ਨ ਠੀਕ ਹੈ ਜੀ ਜਿਹੜੇ ਜਿਹੜੇ ਆਨਸਰ ਕਰ ਰਹੇ ਨੇ ਡੀ ਹਾਂਜੀ ਸਾਇਤਿਕ ਸਵਾਜੀ ਕੁਐਸਚਨ ਨੰਬਰ 4 ਦਲੀਪਕੌਰ ਦੀ ਸਵੈ ਜੀਵਨੀ ਕਦੋਂ ਪ੍ਰਕਾਸ਼ਿਤ ਹੋਈ ਆਪਸ਼ਨ ਏ 1978 ਬੀ 1980 ਸੀ 1982 ਡੀ 1984 ਕਰੋ ਜੀ ਆਨਸਰ ਕੁਐਸਚਨ ਨੰਬਰ 4 ਦੇ ਲਈ ਆਨਸਰ ਬੀ ਆ ਚੁੱਕਾ ਹੈ 1980 ਮੋਸਟਲੀ ਬੀ ਆਪਸ਼ਨ ਦੇ ਨਾਲ ਜਾ ਰਹੀ ਹੈ ਬਿਲਕੁਲ ਠੀਕ ਹੈ 1980 ਕੁਐਸਚਨ ਨੰਬਰ 5 ਦਲੀਪ ਘੋਟ ਡਿਵਾਨਾ ਦੀ ਸਵੈ ਜੀਵਨੀ ਦੇ ਕਿੰਨੇ ਅੰਕੜ ਹਨ ਆਪਸ਼ਨ A 23 B 25 C 27 30 ਪ੍ਰਸ਼ਨ ਨੰਬਰ 5 கரੈਕਟ ਆਨਸਰ ਕਰਿਆ ਜਾਵੇ ਹਾਂਜੀ 5 ਨੰਬਰ ਲਈ B C C ਮੋਸਟਲੀ ਆਨਸਰ ਆ ਰਿਹਾ 19 ਸੌਰੀ 27 ਠੀਕ ਹੈ ਜਿਹੜੇ ਵੀ ਆਨਸਰ 27 ਕਰ ਰਹੇ ਨੇ ਕੁਐਸਚਨ ਨੰਬਰ 6 ਦਲੀਪਕੌਰ ਨੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਯੂਨੀਵਰਸਿਟੀ ਵਿੱਚ ਪੜਾਉਣਾ ਸ਼ੁਰੂ ਕੀਤਾ অপਸ਼ਨ A 26 B 27 C 28 D 29 ਪ੍ਰਸ਼ਨ ਨੰਬਰ 6 ਕੋਰੈਕਟ ਆਨਸਰ ਚੁਣਿਆ ਜਾਵੇ ਸਭ ਤੋਂ ਆਪਸ਼ਨ C ਆਨਸਰ ਆ ਰਿਹਾ 1900 ਸੌਰੀ ਫਿਰ 1900 ਦੇਖੋ ਸਾਲ ਯਾਦ ਆ ਜਾਂਦੀ ਹੈ 28 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਕੁਐਸਚਨ ਨੰਬਰ 7 ਦਲੀਪਕੌਰ ਨੇ ਕਿਸ ਨੂੰ ਅਮੀਰ ਕਰਦੀ गरीब औरत क्या है ऑप्शन ए माता बी मौसी सी नानी ते डी दादी हां जी 7 नंबर ले आंसर ਕਰਿਆ ਜਾਵੇ 7 ਲਈ ਸਾਰੇ ਆਪਸ਼ਨ ਡੀ ਦੇ ਨਾਲ ਜਾ ਰਿਹਾ ਤੇ ਆਨਸਰ ਵੀ ਬੜੀ ਹੀ ਸਪੀਡ ਦੇ ਨਾਲ ਆਇਆ ਹੈ ਬਿਲਕੁਲ ਸਹੀ ਕੁਐਸਚਨ ਨੰਬਰ 8 ਪੰਜਾਬੀ ਦੀ एमए ਕਰਨ ਵਾਲੀ ਦਲੀਪ ਕੌਰ ਟਿਵਾਣਾ ਕਿੰਵੀਂ ਔਰਤ ਸੀ ऑप्शन ए ਪਹਿਲੀ ਬੀ ਦੂਜੀ सी तीजी डी चौथी सात श्रीकाल जी डी ऑप्शन ए ऑप्शन मैक्स आंसर मोस्टली ए ऑप्शन आ रहा है पिछले लिए डी कर ठीक है जी जे इसलिए डी कर रहे हैं तो गलत है ए ऑप्शन अपना करेक्ट होगा क्वेश्चन नंबर नौ दिलीप कौर ने अपनी स्वयज जीवनी का ना नंगे पैर का सफर क्यों रखिया ज तो प्रेरित होकर रखा ऑप्शन ए नानी जी तो बी दादी जी तो सी माता जी तो डी पिताजी तो करेक्ट आंसर नंबर 9 ਲਈ ਚੁਣਿਆ ਜਾਵੇ ਮੋਸਟਲੀ ਬੀ ਆਨਸਰ ਆ ਰਿਹਾ ਹੈ ਦਾਦੀ ਜੀ ਤੋਂ ਪ੍ਰੇਰਿਤ ਹੋ ਕੇ ਬਿਲਕੁਲ ਠੀਕ ਆਨਸਰ ਕੁਐਸਚਨ ਨੰਬਰ 10 10 ਨੰਬਰ ਹੈ ਪੁੱਛਤੇ ਉਹ ਤੋਂ ਸੁਣੋ ਦੇ ਕਿੰਨੇ ਕਾਣ ਹਨ ਆਪਸ਼ਨ ਏ 16 ਬੀ 18 ਸੀ 20 ਤੇ ਡੀ ਹੈ ਜੀ 25 ਕੁਐਸਚਨ ਨੰਬਰ 10 ਸਹੀ ਆਨਸਰ ਚੁਣਿਆ ਜਾਵੇ 10 ਨੰਬਰ ਲਈ ਆ ਰਿਹਾ ਜੀ ਆਨਸਰ ਏ ਸੀ ਮੋਸਟਲੀ ਸੀ ਆਪਸ਼ਨ ਵੀ ਜਿਹੜੇ ਵੀ ਆਨਸਰ ਸੀ ਆਪਸ਼ਨ ਕਰ ਰਹੇ ਨੇ ਬਿਲਕੁਲ ਠੀਕ ਹੈ ਜੀ ਪੁੱਛਦੇ ਹੋ ਤਾਂ ਸੁਣਾਓ ਇਹਦੇ ਕੁਲ ਕਾਂਡ ਜਿਹੜੇ ਆ ਵੀ ਨੇ ਕੁਐਸਚਨ ਨੰਬਰ 11 ਦਲੀਪ ਕੌਰ ਕਿਸ ਘਰ ਰਹਿ ਕੇ ਪਲੀ ਸੀ ਆਪਸ਼ਨ A ਚਾਚਾ B ਮਾਮਾ C ਭੂਆ D ਦਾਦੀ ਪ੍ਰਸ਼ਨ ਨੰਬਰ 11 ਸਹੀ ਆਨਸਰ ਚੁਣੋ 11 ਨੰਬਰ ਲਈ ਸੀ ਆਪਸ਼ਨ ਆ ਰਿਹਾ ਭੂਆ ਦੇ ਘਰ ਬਿਲਕੁਲ ਠੀਕ ਹੈ ਜੀ ਕਵੈਸਚਨ ਨੰਬਰ 12 ਭੁਪਿੰਦਰ ਸਿੰਘ ਕੌਣ ਸੀ ਆਪਸ਼ਨ A ਪਿਤਾ B ਪਤੀ C ਬੇਟਾ D ਦੋਸਤ ਪ੍ਰਸ਼ਨ ਨੰਬਰ 12 ਆਨਸਰ ਆ ਰਿਹਾ ਜੀ A ਆਪਸ਼ਨ ਬਾਕੀ ਵਿਕਰਨ B C ਮਿਕਸ ਆਨਸਰ C ਆਪਸ਼ਨ ਕਾਫੀ ਜਿਹੜਾ ਆਨਸਰ B ਵੀ ਆਉ ਲੱਗਈ ਜਿਹੜੇ ਵੀ ਆਪਸ਼ਨ B ਦੇ ਨਾਲ ਜਾ ਰਹੇ ਆ ਬਿਲਕੁਲ ਠੀਕ ਆ ਜੀ ਬਾਕੀ ਕਰਨ ਨੋਟ ਡਾਊਨ ਕਵੈਸਚਨ ਨੰਬਰ 13 ਦਲੀਪ ਕੌਰ ਦੇ ਪਿਤਾ ਜੀ ਦਾ ਕੀ ਨਾਮ ਸੀ অপਸ਼ਨ A ਭੁਪਿੰਦਰ ਸਿੰਘ B ਕਾਕਾ ਸਿੰਘ C ਬਲਦੇਵ ਸਿੰਘ D ਹਜਾਰਾ ਸਿੰਘ 13 ਨੰਬਰ ਲਈ ਆਨਸਰ ਚੁਣਿਆ ਜਾਵੇ 12 ਦਾ B ਸਬਦਾ ਕੋਰੈਕਟ ਹੈ ਜੀ 13 ਦੇ ਲਈ ਵੀ ਸਬਦਾ B ਆਨਸਰ ਆ ਰਿਹਾ ਹੈ ਕਾਕਾ ਸਿੰਘ ਠੀਕ ਹੈ ਜੀ ਬਿਲਕੁਲ ਜਿੰਨਾਂ ਦਾ ਵੀ ਆਨਸਰ B ਕਵੈਸਚਨ ਨੰਬਰ 14 ਆਪਣੀ ਛਾਵੇਂ ਕਦੋਂ ਪ੍ਰਕਾਸ਼ਿਤ ਹੋਈ ਆਪਸ਼ਨ A 2003 b 2007 c 2013 d 2017 करेक्ट आंसर क्वेश्चन नंबर 14 हां जी आज आंसर दी स्पीड ज्यादा है शायद तक सारे पढ़ के आए हो इस करके 77 17 13 मैक्स आंसर मोस्टली बी ते सी काफी जन आ रहा 7 ते 13 ठीक है जी जड़ी जो आंसर अपनी छावें हाँ जी अपनी छावें का प्रकाशन साल दो हज़ार तेरह से ऑप्शन काफ़ी जनता आ रहा है जी मैं भी थोड़ा जहा कन्फ्यूज़ हाँ तीन है कि तेरह है सो आई थिंक ते तेरह ही है आई थिंक ठीक है जी मोस्टली तेरह ही आंसर आया है ਮੈਨੂੰ ਤਿੰਨ ਦਾ ਵੀ ਥੋੜਾ ਜਿਹਾ ਡਾਊਟ ਹੈ ਬਟ ਠੀਕ ਹੈ ਜੀ ਇੱਥਾਂ ਵੀ 13 ਹੀ ਦਿੱਤਾ ਕੁਐਸਚਨ ਨੰਬਰ 15 15 ਨੰਬਰ ਹੈ ਜੀ ਹਜੂਰਾ ਸਿੰਘ ਟਿਵਾਣਾ ਦਾ ਕੀ ਲੱਗਦਾ ਸੀ ਹਾਂਜੀ ਹਜੂਰਾ ਸਿੰਘ ਦਲੀਪਕਰ ਟਿਵਾਣਾ ਦਾ ਕੀ ਲੱਗਦਾ ਸੀ অপਸ਼ਨ A ਦਾਦਾ ਜੀ B ਪਿਤਾ ਜੀ C ਬੇਟਾ ਤੇ D ਦੋਸਤ ਪ੍ਰਸ਼ਨ ਨੰਬਰ 15 ਕਰੈਕਟ ਆਨਸਰ ਕਰਿਆ ਜਾਵੇ 15 ਵਾਲੀ ਆਨਸਰ A অপਸ਼ਨ ਆ ਰਿਹਾ ਜੀ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 16 ਦਲੀਪਕੌਰ ਦੀ ਸਵੈ ਜੀਵਨੀ ਤੇ ਕਿਹੜੀ ਭਾਸ਼ਾ ਦੀ ਰੰਗਤ ਦਿਖਾਈ ਦਿੰਦੀ ਹੈ অপਸ਼ਨ A ਮਾਝੀ B ਦੁਆਬੀ C ਮਲਬਈ ਹਾਂ C ਮਲਬਈ ਤੇ D ਪੁਆਦੀ 16 ਨੰਬਰ கரੈਕਟ ਆਨਸਰ ਚੁਣਿਆ ਜਾਵੇ ਮੋਸਟਲੀ ਸੀ ਆਪਸ਼ਨ ਮਲਬਈ ਦੇ ਨਾਲ ਜਾ ਰਿਹਾ ਠੀਕ ਹੈ ਜਿਹੜੇ ਵੀ ਆਨਸਰ ਸੀ ਕਰ ਰਹੇ ਨੇ ਮਲਬਈ ਭਾਸ਼ਾ ਦਾ ਪ੍ਰਭਾਵ ਸੀ ਕੁਐਸਚਨ ਨੰਬਰ 17 ਦਲੀਪਕੌਰ ਦੀ ਸਵੈ ਜੀਵਨੀ ਦੀ ਸ਼ੈਲੀ ਕਿਹੋ ਜੀ ਹੈ অপਸ਼ਨ A ਕਾਵਿ B ਬਿਆਨੀਆਂ ਸੀ ਦੋਵੇਂ ਡੀ ਐਨ ਵਿਚੋਂ ਕੋਈ ਵੀ ਨਹੀਂ 17 ਨੰਬਰ ਲਈ கரੈਕਟ ਆਨਸਰ ਕਰੋ ਜੀ ਹਾਂਜੀ 17 ਨੰਬਰ ਲਈ ਬੀ ਸੀ ਐਮ ਐਕਸ ਆਨਸਰ ਆ ਰਹੇ ਨੇ ਸੋ ਮੋਸਟਲੀ ਜਿਹੜਾ ਆਨਸਰ ਹੈ ਸੀ ਕੀਤਾ ਜਾ ਰਿਹਾ ਦੋਵੇਂ ਬੀ ਵੀ ਕਾਫੀ ਜਣੇ ਦਾ ਆਨਸਰ ਆ ਰਿਹਾ ਹੈ ਸੋ 17 ਨੰਬਰ ਲਈ ਬੀ ਆਪਸ਼ਨ ਜਿਹੜੇ ਗਾ ਆਨਸਰ ਕਰ ਰਿਹਾ கரੈਕਟ ਹੈ ਜੀ ਬਿਆਨੀਆਂ ਬਾਕੀ ਨੋਟ ਡਾਉਨ ਕਰਨਗੇ ਤੇ ਕਵ ਦੇ ਬਾਰੇ ਵੀ ਆਪਾਂ ਐਂਡ 'ਚ ਗੱਲ ਜਰੂਰ ਕਰਾਂਗੇ ਥੋੜਾ ਜਨਾ ਕਨਫਿਊਜਨ ਸੀ ਕੁਐਸਚਨ ਦੇ ਵਿੱਚ ਪਿਛਲੀ ਕਲਾਸ ਜਿਹੜੀ ਲੱਗੀ ਉਹਦੇ 'ਚ ਕੁਐਸਚਨ ਨੰਬਰ 18 ਦਲੀਪਕੌਰ ਦੇ ਕਿਹੜੇ ਨਾਵਲ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਆਪਸ਼ਨ A ਇਹ ہمارا ਜੀਵਨਾਂ ਬੀਨ ਨੰਗੇ ਪੈਰਾਂ ਦਾ ਸਫ਼ਰ C ਪੂਛਤੇ ਹੋ ਤੋਂ ਸੁਣੋ D ਇਹਨਾਂ ਵਿੱਚੋਂ ਕੋਈ ਵੀ ਨਹੀਂ ਇਸ ਕੁਐਸਚਨ ਦਾ ਆਨਸਰ ਬਿਲਕੁਲ ਈਜ਼ੀ ਹੈ ਜੇਕਰ ਇੱਕ ਚੀਜ਼ ਪਤਾ ਹੈ ਸਵੈ ਜੀਵਨੀ ਤੇ ਸਵੈ ਜੀਵਨੀ ਪਰਕ ਰਚਨਾਵਾਂ ਨੇ ਜਿਹੜੀਆਂ ਜੇ ਪਤਾ ਤਾਂ ਤੁਹਾਨੂੰ ਬੜੀ ਆਸਾਨੀ ਨਾਲ ਅੰਸਰ ਮਿਲ ਜੇਗਾ ਇਹਦੇ ਚਿੰਨਾਵਲ ਇੱਕ ਇੱਕ ਤੇ ਇਹਦੇ ਚੇ ਨਾਵਲ ਹੀ ਲਿਖ ਦਿੱਤਾ ਗਿਆ ਜਿਸ ਕਰਕੇ ਈਜ਼ੀ ਕੁਐਸਚਨ ਬਣ ਜਾਂਦਾ ਕੁਐਸਚਨ ਨੰਬਰ 19 ਮਾਤਾ ਜੀਤੋ ਮਾਤਾ ਸੁੰਦਰੀ ਤੇ ਮਾਤਾ ਸਾਈਬ ਕੌਰ ਦੇ ਨਾਲ ਸਬੰਧਿਤ ਨਾਵਲ ਕਿਸ ਦੇ ਕਹਿੰਦੇ ਲਿਖਿਆ ਦਲੀਪ ਘਰਟੇਪਾਣਾ ਨੇ ਆਪਸ਼ਨ A ਮਾਂ B ਦਾਦੀ C ਨਾਨੀ ਤੇ D ਪਿਤਾ ਉੰਨੇ ਲਈ ਆਪਸ਼ਨ A ਅਨਸਰ ਕੀਤਾ ਗਿਆ ਸਭ ਦੇ ਵੱਲੋਂ ਮਾਤਾ ਦੇ ਕਹਿਣ ਤੇ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 20 ਤਿੰਨ ਲੋਕ ਸੇ ਨਿਯਰੀ ਨਾਵਲ ਕਿਸ ਦੀ ਇਛਣਸ ਹੋਰ ਲਿਖਿਆ ਆਪਸ਼ਨ A ਮਾਂ B ਦਾਦੀ C ਨਾਨੀ ਤੇ D ਪਿਤਾ ਪ੍ਰਸ਼ਨ ਨੰਬਰ 20 ਅਗੇਨ ਸਭ ਦਾ ਅਨਸਰ A ਤੇ B ਆ ਰਿਹਾ ਹੈ ਨਾ B ਵੀ ਆਇਆ A ਵੀ ਆਇਆ ਇਹ ਕਾਫੀ ਜਿਹਾ ਅਨਸਰ 3 ਨੰਬਰ ਦੇ ਲਈ ਜਿਹੜੇ ਵੀ ਆਪਸ਼ਨ A ਦੇ ਨਾਲ ਜਾ ਰਹੇ ਆ ਅਗੇਨ ਇਹ ਆਪਸ਼ਨ ਹੀ ਠੀਕ ਆਵੇਗਾ ਮਾਤਾ ਦੇ ਕਹਿਣ ਤੇ ਕੁਐਸਚਨ ਨੰਬਰ 21 ਸਰਸਤੀ ਸਨਮਾਨ ਕਿਸ ਰਚਨਾ ਲਈ ਮਿਲਿਆ ਦਲੀਪ ਕੁਟਿਵਾਨਾ ਨੂੰ ਆਪਸ਼ਨ A ਨੰਗੇ ਪੈਰਾਂ ਦਾ ਸਫਰ B ਕਥਕਉਰਵਸ਼ੀ C ਇਹੋ ਮਰਾ ਜੀਵਨਾ D ਇਹਨਾਂ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 21 கரੈਕਟ ਆਨਸਰ ਕਰਿਆ ਜਾਵੇ 21 ਨੰਬਰ ਲਈ B ਆਪਸ਼ਨ ਕਾਫੀ ਜਣਿਆਂ ਦਾ ਆਨਸਰ ਆ ਰਿਹਾ ਹੈ ਕਥਕਉਰਵਸ਼ੀ ਠੀਕ ਹੈ ਜੀ ਜਿਹੜੇ ਵੀ ਆਪਸ਼ਨ B ਦੇ ਨਾਲ ਜਾ ਰਹੇ ਆ ਕਵੈਸਚਨ ਨੰਬਰ ਹਾਂਜੀ ਕਵੈਸਚਨ ਨੰਬਰ 22 ਦਲੀਪ ਕੌਰ ਨੂੰ ਸਰਸਵਤੀ ਸਨਮਾਨ ਕਦੋਂ ਮਿਲਿਆ ਆਪਸ਼ਨ A 2001 B 2002 C 2003 D 2004 கரੈਕਟ ਆਨਸਰ ਕਵੈਸਚਨ ਨੰਬਰ 22 ਦੇ ਲਈ ਕਰਿਆ ਜਾਵੇ 22 ਨੰਬਰ ਦੇ ਲਈ ਆਨਸਰ ਆ ਰਿਹਾ ਜੀ D A C ਮੈਕਸ ਆਨਸਰ ਆ ਚੁੱਕੇ ਨੇ A D A ਅਗੇਨ ਸੋ C D abcd ਚਾਰ ਦੇ ਚਾਰੇ ਹੀ ਆਨਸਰ ਕੀਤੇ ਗਏ ਨੇ ਪਰ ਜਿਹੜੇ ਵੀ ਆਨਸਰ ਕਰ ਰਹੇ ਨੇ ਆਪਸ਼ਨ b 2202 ਸਹੀ ਸਨਮਾਨ 2001 3 ਹਾਂਜੀ ਜਿਹੜੇ ਵੀ ਆਨਸਰ ਕਰ ਰਹੇ ਨੇ ਆਪਸ਼ਨ a 2001 ਠੀਕ ਹੈ ਜੀ ਬਾਕੀ ਨੋਟ ਡਾਉਨ ਕਰ क्वेश्चन नंबर 23 23 ਨੰਬਰ ਹੈ ਜੀ ਦਲੀਪ ਕੌਰ ਨੂੰ ਪਦਮ ਸ਼੍ਰੀ ਅਵਾਰਡ ਕਦੋਂ ਮਿਲਿਆ অপশন এ 2001 বি 2002 সি 2003 ডি 2004 ਇਸ ਕੁਐਸਚਨ ਨੇ ਕਾਫੀ ਕਨਫਿਊਜ਼ਨ ਪੈਦਾ ਹੁੰਦੀ ਹੈ ਪਿਛਲੇ ਕੁਐਸਚਨ ਦੀ ਸੋ ਬੀ ਕੇਅਰਫੁਲ ਧਿਆਨ ਨਾਲ ਇੱਕ ਨੂੰ ਯਾਦ ਕਰੋ ਜੀ ਤੇ ਦੂਜਾ ਰਹਿ ਜਾਵੇਗਾ ਦਾ ਉਹ ਯਾਦ ਹੋ ਜਾਵੇਗਾ ਸਬਦਾਂਸਰ ਡੀ ਆ ਰਿਹਾ ਹੈ 2004 ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 24 ਦਿਲীপ ਕੋਰ ਦਿਵਾਨਾ ਨੂੰ ਪਦਮਸ਼ਰੀ ਅਵਾਰਡ ਦਿਲীপ ਕੋਰ ਸੌਰੀ ਦਿਲীপ ਕੋਰ ਦੀਵਾਨਾ ਨੇ ਪਦਮਸ਼ਰੀ ਅਵਾਰਡ ਵਾਪਸ ਕਦੋਂ ਕਰਿਆ অপਸ਼ਨ A 2001 2011 B 2013 C 2015 D 2017 ਕੁਐਸਚਨ ਨੰਬਰ 24 கரੈਕਟ ਆਨਸਰ ਕਰੋ 24 ਦਾ ਆਨਸਰ 2015 ਆ ਚੁੱਕਾ ਹੈ অপਸ਼ਨ C ਲਗਭਗ ਸਭ ਦਾ ਹੀ 24 ਲਈ ਠੀਕ ਹੈ ਜੀ 2015 ਜਿਨ੍ਹਾਂ ਨੇ ਚੁਸ ਕੀਤਾ ਹੈ ਇਹਦਾ ਕਾਰਨ ਸੀ ਦਦਰੀ ਕਾਂਡ ਜਿਸ ਕਰਕੇ ਇਹਨਾਂ ਨੇ ਇਹ ਵਾਪਸ ਕਰਿਆ 14 ਅਕਤੂਬਰ 2015 ਨੂੰ ਹਾਂਜੀ ਕੋਈ ਮਾਸ ਦੇ ਨਾਲ ਰਿਲੇਟਡ ਇਹ ਕਾਂਸੀ ਦਾਦਰੀ ਕਾਂਡ ਕੁਐਸਚਨ ਨੰਬਰ 25 ਦਿਲੀਪ ਕੋਰ ਨੇ ਯੂਨੀਵਰਸਿਟੀ ਵਿੱਚ ਕਦੋਂ ਤੋਂ ਕਦੋਂ ਤੱਕ ਨੌਕਰੀ ਕੀਤੀ অপਸ਼ਨ এ 1969 ਤੋਂ 64 b 1962 ਤੋਂ 68 c 1963 ਤੋਂ 86 d 1965 ਤੋਂ 88 ਕੁਐਸਚਨ ਨੰਬਰ 25 ਲਈ கரੈਕਟ ਆਨਸਰ c ਆ ਰਿਹਾ 1963 ਤੋਂ 86 ਬਾਕੀ ਵੀ ਕਰਨ 25 ਨੰਬਰ ਦੇ ਲਈ ਮੋਸਟਲੀ ਸੀ ਆਪਸ਼ਨ ਠੀਕ ਹੈ ਜੀ 1968 ਤੋਂ 86 ਕੁਐਸਚਨ ਨੰਬਰ 26 ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਵੀ ਨੌਕਰੀ ਕੀਤੀ ਤੇ 1994 ਤੱਕ ਇੱਥੇ ਨੌਕਰੀ ਕੀਤੀ ਕੁਐਸਚਨ ਨੰਬਰ 26 ਦਲੀਪ ਕੌਰ ਨੂੰ ਆਜੀਵਨ ਆਜੀਵਨ ਫੈਲੋਸ਼ਿਪ ਕਦੋਂ ਮਿਲੀ ਹੈ ਆਪਸ਼ਨ ਹੈ 1992 ਬੀ 1994 ਸੀ 1996 ਡੀ 1998 आजीवन फैलोशिप कदम मिली जी आंसर बी आर रहा है चौरानवे मोस्टली बी ऑप्शन के न जा रहे ने सारे ही उन्नीस सौ चौरानवे ठीक है जी उन्नीस सौ चौरानवे क्वेश्चन नंबर सत्ताई सत्ताई नंबर है जी नंगे पैर का सफ़र नंगे पैरों का सफर स्वय जीवनी का थीम की है ऑप्शन ए ਧੀਆਂ ਦੀ ਕਦਰ ਬੀ ਔਰਤਾਂ ਦਾ ਸਨਮਾਨ ਸੀ ਧੀਆਂ ਦੀ ਬੇਕਦਰੀ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 27 ਲਈ ਕਰੈਕਟ ਆਨਸਰ ਕਰਿਆ ਜਾਵੇ 27 ਦਾ ਆਨਸਰ ਆ ਰਿਹਾ ਆਪਸ਼ਨ ਬੀ ਸੀ ਮੈਂ ਕਹਾਂ ਸੰਸਰ ਮੋਸਟਲੀ ਆਪਸ਼ਨ ਸੀ ਆਨਸਰ ਧੀਆਂ ਦੀ ਬੇਕਦਰੀ ਬਿਲਕੁਲ ਠੀਕ ਹੈ ਜਿਹੜੇ ਵੀ ਆਨਸਰ ਸੀ ਦੇ ਨਾਲ ਜਾ ਰਹੇ ਹੈ ਕੁਐਸਚਨ ਨੰਬਰ 28 28 ਨੰਬਰ ਹੈ ਜੀ ਦਲੀਪਕੌਰ ਦੀ ਸਵੈ ਜੀਵਨੀ ਵਿੱਚ ਕਿਸ ਦੀ ਘਟ ਰਹੀ ਹੈ অপਸ਼ਨ A ਸ਼ੁੱਧਤਾ ਦੀ B ਉਚਿਤ ਸ਼ਬਦਾਂ ਦੀ C ਬੇਲੋੜਾ ਵਿਸਤਾਰ D ਕਾਲਕ੍ਰਮਤਾ கரੈਕਟ ਆਨਸਰ ਕੁਐਸਚਨ ਨੰਬਰ 28 ਲਈ ਚੁਣੋ 28 ਦਾ ਆਨਸਰ D ਆ ਰਿਹਾ ਹੈ ਕਾਲਕ੍ਰਮਤਾ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 29 29 ਨੰਬਰ ਹੈ ਜੀ ਦਲੀਪਕੌਰ ਨੂੰ ਵਾਸ਼ਾਲ ਤੋਂ ਰਹਿਤ ਤੇ ਗੰਗਾ ਜਲ ਜਿੰਨੀ ਪਵਿੱਤਰ ਕਿਸ ਨੇ ਕਿਹਾ ਆਪਸ਼ਨ ਏ ਦਾਦੀ ਨੇ ਬੀ ਮਾਤਾ ਜੀ ਮਾਤਾ ਜੀ ਨੇ ਤੇ ਸੀ ਪਿਤਾ ਨੇ ਡੀ ਪੂਆ ਨੇ 28 ਨੰਬਰ ਡੀ ਜਿਨ੍ਹਾਂ ਨੇ ਚੂਜ਼ ਕਰਿਆ ਠੀਕ ਹੈ 29 ਨੰਬਰ ਲਈ ਏ ਆ ਰਿਹਾ ਸੋ ਜਿਹੜੇ ਵੀ ਇਹ ਆਪਸ਼ਨ ਦੇ ਨਾਲ ਜਾ ਰਹੇ ਆ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 30 ਸਿਮਰਨਜੀਤ ਕੌਣ ਸੀ ਆਪਸ਼ਨ ਏ ਪਤੀ ਬੀ ਬੇਟਾ ਸੀ ਬੇਟੀ ਡੀ ਦੋਸਤ ਪ੍ਰਸ਼ਨ ਨੰਬਰ ਹਾਂਜੀ ਆਡੀਓ ਵੀਡੀਓ ਕਨਫਰਮ ਕਰਵਾਓ ਜੀ ਵਿੱਚ ਮੈਨੂੰ ਲੱਗਦਾ ਕਾਲ ਆਉਣ ਲੱਗ ਗਈ ਸੀ ਜਿਸ ਕਰਕੇ ਸ਼ਾਇਦ ਨੈਟਵਰਕ ਪ੍ਰੋਬਲਮ ਹੋ ਗਈ ਤਾਂ ਕਨਫਰਮ ਕਰਵਾਓ ਕਿ ਸਭ ਕੁਝ ਓਕੇ ਚੱਲ ਰਿਹਾ ਜਾਂ ਨਹੀਂ ਜੀ 임ਰਨਜੀਤ ਕੌਨਸੀ ਆਨਸਰ ਬੀ ਆਪਸ਼ਨ ਆ ਰਿਹਾ ਬੇਟਾ ਦੇਖੋ ਹੁਣ ਦੇਖੋ ਵੀਡੀਓ ਚੱਲ ਪੀ ਕਿ ਨਹੀਂ ਹੁਣ ਦੇਖੋ ਵੀਡੀਓ ਚੱਲ ਗਈ ਜਾਂ ਨਹੀਂ ਠੀਕ ਹੈ ਜੀ ਚਲੋ ਜੀ অপশন B ਜਿਨ੍ਹਾਂ ਨੇ ਵੀ ਆਨਸਰ ਕਰਿਆ ਹੈ অপশন B بیٹਾ ਜਿਨ੍ਹਾਂ ਨੇ ਆਨਸਰ ਕਰਿਆ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 31 ਦੇ ਵੱਲ ਵੱਧਦੇ ਆ ਨੰਗੇ ਪੈਰਾਂ ਦਾ ਸਫ਼ਰ ਕਿਸ ਨੂੰ ਸਮਰਪਿਤ ਹੈ ਕੁਐਸਚਨ ਦਾ ਆਨਸਰ ਟਾਈਪ ਕਰੋਗੇ ਨੈਟਵਰਕ ਪ੍ਰੋਬਲਮ ਨਹੀਂ ਕਿਸੇ ਦੀ ਕਾਲ ਆਉਣ ਲੱਗ ਗਈ ਸੀ ਵਿੱਚ ਤੇ ਆਈ ਥਿੰਕ ਆਪਣੇ ਆਪ ਉਸ ਨੂੰ ਪਤਾ ਲੱਗ ਗਿਆ ਵੀ ਕਲਾਸ ਟਾਈਮ ਹੈ ਸੋ ਕੱਟ ਦਿੱਤੀ ਹੈ कत्ती नंबर ली दादी सब आंसर दादी आ रहा नंगे पैर सफर किसने समर्पित है हाँ जी देखो मैन आवाज़ की प्रॉब्लम नहीं समझ नहीं आई भी तुम्हें जो भी केंद्र ने आवाज़ घट है ठीक है जी ਉਹਨਾਂ ਦੇ ਨਾਂ ਜੋ ਸਾਹਿਤ ਨੂੰ ਆਪਣੇ ਪਿੰਡਾਂ ਤੇ ਉੱਪਰ ਹੰਡਾਉਂਦੇ ਨੇ, ਜਰਦੇ ਨੇ, ਠੀਕ ਜਿਨ੍ਹਾਂ ਦਾ ਵੀ ਅੰਸਰ ਇਹ ਆਇਆ ਹੈ। ਸੋ ਆਵਾਜ਼ ਦੀ ਗੱਲ ਕਰੀਏ ਤਾਂ ਬਈ ਮੈਂ ਬਾਤ ਚ ਸੁਣਦਾ ਤਾਂ ਮੈਨੂੰ ਤਾਂ ਕਦੀ ਕੱਟ ਲੱਗੀ ਨਹੀਂ। ਪਤਾ ਨਹੀਂ ਕਿਉਂ ਤੁਹਾਨੂੰ ਕੱਟ ਲੱਗਣ ਲੱਗੀ ਹੈ। ਦੇਖੋ ਸਿਰਫ ਇੱਕ ਹੀ ਰੀਜ਼ਨ ਹੋ ਸਕਦਾ ਹੈ ਕਿ ਪਹਿਲਾਂ ਐਸ ਵੇਲੇ ਬਿਲਕੁਲ ਸ਼ਾਂਤੀ ਹੋ ਜਾਂਦੀ ਸੀ, ਹੁਣ ਰੌਲਾ ਰੱਪਾ ਹੋਊਗਾ ਤੁਹਾਡੇ ਆਸ-ਪਾਸੇ। ਇਹ ਕੈਜਸ ਕਰਕੇ ਤੁਹਾਨੂੰ ਆਵਾਜ਼ ਵੀਡੀਓ ਦੀ ਘੱਟ ਲੱਗਦੀ ਹੈ ਦੋਹਾਂ ਵੀਡੀਓਜ਼ ਨੂੰ ਕੰਪੇਅਰ ਕਰਕੇ ਦੇਖੋ ਜੇ ਪਹਿਲਾਂ ਜਿਹੜੀਆਂ ਕਲਾਸਾਂ ਲੱਗੀਆਂ ਹੋਈਆਂ ਉਹ ਤੇ ਹੁਣ ਜਿਹੜੀਆਂ ਲੱਗਦੀਆਂ ਉਹ ਕੋਈ ਫਰਕ ਨਹੀਂ ਲੱਗੇਗਾ ਤੁਹਾਨੂੰ ਬਿਲਕੁਲ ਸੇਮ ਆਵਾਜ਼ ਲੱਗੇਗੀ ਠੀਕ ਹੈ ਜੀ ਚਲੋ ਅਗਲੇ ਕੁਐਸਚਨ ਵੱਲ ਵਧਦੇ ਹਾਂ ਜੀ ਪੁੱਛਦੇ ਹੋ ਤਾਂ ਸੁਣੋ ਕਿਸ ਨੂੰ ਸਮਰਪਿਤ ਹੈ ਇਹਦੇ ਲਈ ਅਨਸਰ ਕਰੋ ਜੀ ਕਰੋ ਅਨਸਰ ਪੁੱਛਦੇ ਹੋ ਤਾਂ ਸੁਣੋ ਕਿਸ ਨੂੰ ਸਮਰਪਿਤ ਹੈ है। जिसने अपने ठीक है जी कूलर चल देने देखो जब कूलर चला के अगे बैठोगे तो फिर आवाज़ बिल्कुल नहीं सुननी पखे चलाओगे तो आवाज़ बिल्कुल नहीं सुननी मैं तो गर्मी च बैठा कलासा लाइए ना जी फैन बिल्कुल बंद है जी बिल्कुल बंद है जमा नहीं चलता जी ਕੂਲਰ ਦੇ ਅੱਗੇ ਬਹਿ ਕੇ ਆਵਾਜ਼ ਤੁਹਾਨੂੰ ਸੁਣੇਗੀ ਕਿੱਥੋਂ ਦੱਸੋ ਜੀ ਪੱਖੇ ਦੇ ਪੱਖੇ ਨੂੰ ਚਲਾਵਾਂਗੇ ਉਸ ਤੋਂ ਬਾਅਦ ਵੀ ਆਵਾਜ਼ ਨਹੀਂ ਸੁਣਨੀ ਤੁਹਾਨੂੰ ਹਾਂਜੀ 32 ਨੰਬਰ ਲਈ ਆਨਸਰ ਕਰੋ ਜੀ ਸ਼ਾਇਕਾਰ ਨੂੰ ਸਾਹਿਤਕਾਰਾਂ ਨੂੰ ਹਾਂਜੀ ਸਾਹਿਤ ਲਿਖਦੇ ਨਹੀਂ ਸਗੋਂ ਜਿਉਂਦੇ ਵੀ ਨਹੀਂ ਬਿਲਕੁਲ ਠੀਕ ਹੈ ਜੀ ਹਾਂਜੀ ਤਪੱਸਿਆ ਤਾਂ ਉਦਨ ਹੋ ਜਾਂਦੀ ਜਿੱਦ ਦਿਨ ਸੰਡੇ ਹੁੰਦਾ ਜੀ ਅੱਧਾ ਘੰਟਾ ਦਾ ਚਲੋ ਮੈਂ ਓਕੇ ਓਕੇ ਲੰਗਾ ਲੈਣਾ ਬਟ ਜਦੋਂ 1 ਘੰਟੇ ਵਾਲੀ ਕਲਾਸ ਲੱਗਦੀ ਹੈ ਉਦੋਂ ਤਾਂ ਪੁੱਛਣਾ ਜੀ ਕੀ ਹੁੰਦਾ ਸੋ ਜਿਹੜੇ ਵੀ ਆਨਸਰ ਕਰ ਰਹੇ ਨੇ ਉਹਨਾਂ ਸਾਇਤਕਾਰਾਂ ਦੇ ਨਾਂ ਜੋ ਇਤਿਹਾਸ ਰਚਦੇ ਨਹੀਂ ਜਿਉਂਦੇ ਨੇ ਅੱਗੇ ਹੈ ਜੀ ਮਹੱਤਵਪੂਰਨ ਤੱਥ ਮਹੱਤਵਪੂਰਨ ਤੱਥਾਂ ਦੀ ਗੱਲ ਕਰਦੇ ਆ ਇਸ ਤੋਂ ਬਾਅਦ ਇੱਕ ਕੁਐਸਚਨ ਵੀ ਹੋਵੇਗਾ ਤੁਹਾਡੇ ਲਈ ਥੋੜੀ ਦੇਰ ਦੇ ਲਈ ਮੈਂ ਬੰਦ ਕਰ ਰਿਹਾ ਕਮੈਂਟਸ ਤਾਂ ਕਿ ਕਲੀਅਰ ਦੇ ਸਪਨੋ ਦਲੀਪਕੌਰ ਦੀ ਸਵੈ ਜੀਵਨੀ ਪ੍ਰਕਾਰ ਰਚਨਾਵਾਂ ਦੇ ਵਿੱਚ ਆਪਣੀ ਸ਼ਾਵੇਂ ਸਖਰ ਦੁਪਹਿਰੇ ਪੂਛਤੇ ਹੋ ਤੋਂ ਸੁਣੋ ਇਹ ਤਿੰਨ ਹੈ ਇੰਗਣੀਆਂ ਜਾਂਦੀਆਂ ਨੇ ਤੇ ਤਿੰਨੇ ਨੂੰ ਸਵੈ ਜੀਵਨੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਪੂਛਤੇ ਹੋ ਤੋਂ ਸੁਣੋ ਇਹ ਸਵੈ ਜੀਵਨੀ ਜ਼ਰੂਰ ਕਉਂਟ ਹੁੰਦੀ ਹੈ ਉਦੋਂ ਬਾਅਦ ਹੈ ਜੀ ਦਲੀਪਕੌਰ ਦੀ ਲੇਖਣੀ ਹੈ ਜਿਹੜੀ ਉਹ ਪਰਿਕਥਾਵਾਂ ਦੇ ਵਰਗੀ ਹੈ ਅਗਲਾ ਪੁਆਇੰਟ ਹੈ ਜੀ ਤੇਜਾ ਸਿੰਘ ਨੇ ਕਿਹਾ ਕਿ ਇਹ ਕੁੜੀ ਕਿਸੇ ਦਿਨ ਵੱਡੀ ਲੇਖਕ ਹੋਵੇਗੀ ਬਣੇਗੀ ਪਰ ਮੈਂ ਉਦੋਂ ਤੱਕ ਨਹੀਂ ਹੋਵਾਂਗਾ ਠੀਕ ਹੈ ਜੀ ਇਹ ਸੀ ਮਹੱਤਵਪੂਰਨ ਤੱਥ ਤੇ ਇੱਕ ਹੈ ਜੀ ਕੁਐਸਚਨ ਜੋ ਕਿ ਡਾਊਟਫੁਲ ਸੀ ਇਸ ਕਰਕੇ ਮੈਂ ਇਸ ਨੂੰ ਐਂਡ ਦੇ ਵਿੱਚ ਰੱਖਿਆ ਹੋਇਆ ਦਲੀਪ ਕੌਰ ਨੇ ਆਪਣੀ ਸਵੈ ਜੀਵਨੀ ਦਾ ਆਰੰਭ ਕਿਵੇਂ ਕੀਤਾ ਹੈ ਆਨਸਰ ਇਹਦਾ ਮਿਲਦਾ ਹੈ ਕਿ ਕਾਵ ਰੂਪ ਦੇ ਵਿੱਚ ਕਾਵ 17 ਦੇ ਨਾਲ ਪਰ ਇਹਦਾ ਆਨਸਰ ਤੁਸੀਂ ਆਪ ਦੇ ਕੋਲੋਂ ਲੱਭ ਲੁਭਾ ਕੇ ਆਂਸਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਹੈ ਕਿਉਂਕਿ ਜਿਹੜੀ ਸਵੈ ਜੀਵਨੀ ਹੈ ਨੰਗੇ ਪੈਰਾਂ ਦਾ ਸਫ਼ਰ ਆਈ ਥਿੰਕ ਉਹ ਕਾਹ 17 ਨਾਲ ਸ਼ੁਰੂ ਨਹੀਂ ਹੁੰਦੀ ਠੀਕ ਹੈ ਜੀ ਸੋ ਇਸ ਲਈ ਤੁਸੀਂ ਇਹ ਦੇਖਣਾ ਹੈ ਕਿ ਜਿਹੜੀਆਂ ਰਚਨਾਵਾਂ ਨੇ ਸਵੈ ਜੀਵਨੀ ਪਰ ਉਹਨਾਂ ਦੇ ਵਿੱਚੋਂ ਕਿਹੜੀ ਹੈ ਜੋ ਕਾਵ ਰੂਪ ਦੇ ਵਿੱਚ ਸ਼ੁਰੂ ਹੁੰਦੀ ਹੈ ਕਾਵ 17 ਦੇ ਨਾਲ 17 ਦੇ ਨਾਲ ਸ਼ੁਰੂ ਹੁੰਦੀ ਹੈ ਕਾਵ 17 ਨਾਲ ਜਿਹੜੀ ਸ਼ੁਰੂ ਹੁੰਦੀ ਹੈ ਰਚਨਾ ਉਸ ਨੂੰ ਅਨਸਰ ਕਰਿਆ ਜਾਵੇ ਠੀਕ ਹੈ ਜੀ ਮੇਰੇ ਖਿਆਲ ਜਿਹੜੀ ਸਵੈ ਜੀਵਨੀ ਇਹ ਹੈ ਨੰਗੀ ਪੈਰਾਂ ਦਾ ਸਫ਼ਰ ਉਹ ਨਹੀਂ ਹੈ ਸੋ ਇਸ ਨੂੰ ਜ਼ਰੂਰ ਨੋਟ ਡਾਉਨ ਕਰਨਾ ਬੁੱਕ ਮਿਲ ਗਈ ਜੀ ਬਹੁਤ ਵਧੀਆ ਥੈਂਕ ਯੂ so much ਜੀ ਸੋ ਬੁੱਕ ਦੇ ਬਾਰੇ ਜੀ ਕਿ ਅੱਜ ਮੈਂ ਲਾਸਟ ਡੇਟ ਦਿੱਤੀ ਸੀ ਕਿ ਅੱਜ ਤੱਕ ਜਿਹੜੇ ਆਰਡਰ ਕਰ ਲੈਣਗੇ 300 ਰੁਪਏ ਚ ਮਿਲੇਗੀ ਉਸ ਤੋਂ ਬਾਅਦ ਉਸ ਦਾ ਰੇਟ ਇਨਕਰੀਜ਼ ਕੀਤਾ ਜਾਵੇਗਾ ਬਟ ਮੈਂ ਇਹ ਮੈਸੇਜ ਗਰੁੱਪ ਦੇ ਵਿੱਚ ਪਾਉਣਾ ਭੁੱਲ ਗਿਆ ਇਸ ਕਰਕੇ 13 ਦੀ ਵਿਜੈ 15 ਮੈਂ ਡੇਟ ਲਾਸਟ ਫਿਕਸ ਕਰ ਰਿਹਾ ਹਾਂ 15 ਤੋਂ ਬਾਅਦ ਪ੍ਰਾਈਸ ਇਨਕਰੀਜ਼ ਹੋਵੇਗਾ ਸੋ 101% ਇਨਕਰੀਜ਼ ਹੋਵੇਗਾ ਮੈਸੇਜ ਮੈਂ ਨਹੀਂ ਪਾਈ ਸੀ ਇਸ ਕਰਕੇ ਜੀ ਅਬਜੈਕਟਿਵ ਹੈ ਜੋ ਡਿਟੇਲ ਚ ਦੇਖੋ ਮਤਲਬ ਕਈ ਵਾਰੀ ਕਿੱਦਾਂ ਦੇ ਕੁਐਸਚਨ ਆਉਂਦੇ ਆ ਪ੍ਰੀਵੀਅਸ ਈਅਰ ਪੇਪਰ ਸੈੱਟ ਹੈ ਜੀ ਉਹਦੇ ਚ ਸਬਜੈਕਟਿਵ ਤਾਂ ਹੁੰਦੇ ਹੀ ਨਹੀਂ ਪ੍ਰੀਵੀਅਸ ਈਅਰ ਪੇਪਰ ਤਾਂ ਜਿਹੜੇ ਹੋਏ ਆ ਆਬਜੈਕਟਿਵ ਹੀ ਹੋਏ ਆ ਸਬਜੈਕਟਿਵ ਤਾਂ ਕੋਈ ਵੀ ਨਹੀਂ ਹੋਇਆ ਆਪਣੀ ਸ਼ਾਮੇ ਕਾਫੀ ਸਤਰਾਂ ਰਹੀ ਹੁੰਦੀ ਹੈ ਹਾਂਜੀ ਬੁੱਕ ਨਹੀਂ ਮਿਲੀ ਹਾਲੇ ਤੱਕ ਟਰੈਕ ਕਰੋ ਜੀ ਜਿਨ੍ਹਾਂ ਨੂੰ ਬੁੱਕ ਨਹੀਂ ਮਿਲੀ ਹਾਂਜੀ ਜਿਨ੍ਹਾਂ ਨੂੰ ਬੁੱਕ ਨਹੀਂ ਮਿਲੀ ਟਰੈਕਿੰਗ ਰਿਕਾਰਡ ਦਿੱਤਾ ਹੋਣਾ ਤੁਹਾਨੂੰ ਭੇਜਿਆ ਹੋਣਾ ਸਲਿੱਪ ਭੇਜੀ ਹੋਣੀ ਠੀਕ ਹੈ ਜੀ ਉਹਦੇ ਤੋਂ ਟਰੈਕ ਕਰੋ ਤੁਹਾਨੂੰ ਪਤਾ ਲੱਗ ਜੂ ਤੁਹਾਡੀ ਬੁੱਕ ਕਿੱਥੇ ਹੈ 7837896518 ਇਹਦੇ ਤੇ ਤੁਸੀਂ ਮੈਸੇਜ ਕਰੋ ਜੀ ਨੂੰ ਵੀ ਬੁੱਕ ਚਾਹੀਦੀ ਹੈ ਠੀਕ ਹੈ ਜੀ 7837896518 ਤੇ ਮੈਸੇਜ ਕਰੋ ਜੀ ਨੂੰ ਬੁੱਕ ਚਾਹੀਦੀ ਹੈ 15 ਤਰੀਕ ਤੋਂ ਬਾਅਦ 350 ਰੇਟ ਹੋਵੇਗਾ 300 ਨਹੀਂ 15 ਤੱਕ 300 ਤੁਸੀਂ ਆਰਡਰ ਕਰ ਸਕਦੇ ਹੋ ਬਟ 15 ਤੋਂ ਬਾਅਦ 350 ਰੇਟ ਪਾਉਣ ਦੇ ਪੂਰੇ ਪੂਰੇ ਅਸਰ ਨੇ ਠੀਕ ਹੈ ਜੀ 2-3 ਦਿਨ ਛੁੱਟੀਆਂ ਨੇ ਪੋਸਟ ਆਫਿਸ ਦੇ ਵਿੱਚ ਇਸ ਕਰਕੇ ਪਲੀਜ਼ ਤੰਗ ਨਾ ਕੀਤਾ ਜਾਵੇ ਇਸ ਗੱਲ ਦੇ ਲਈ ਕਿ ਸਰ ਬੁੱਕ ਮੇਰੀ ਪੋਸਟ ਹੋਗੀ ਕਦੋਂ ਆਣੀ ਹੈ ਕਿਵੇਂ ਆਣੀ ਹੈ ਸੋ ਇਹਨਾਂ ਚੀਜ਼ਾਂ ਦੇ ਲਈ ਰਿਕਵੈਸਟ ਹੈ ਮੇਰੀ ਕਿ ਤਾਂ ਨਾ ਕੀਤਾ ਜਾਵੇ ਜੇ ਤਾਂ ਛੁੱਟੀਆਂ ਨੇ ਏਟ ਮੀਨਸ ਕਿ ਕੋਈ ਕੰਮ ਨਹੀਂ ਹੋਣਾ ਕੱਟੋਂ-ਕੱਟ 2 ਦਿਨ ਛੁੱਟੀਆਂ ਨੇ ਸੋ 2 ਦਿਨ ਤੋਂ ਬਾਅਦ ਹੀ ਕੋਈ ਕੰਮ ਹੋਵੇਗਾ ਇਸ ਤੋਂ ਇਲਾਵਾ ਲਾਈਟ ਦੀ ਸਮੱਸਿਆ ਰਹਿੰਦੀ ਹੈ ਪੋਸਟ ਆਫਿਸ ਵਾਲੇ ਕੰਮ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਪਿੰਡਾਂ ਵਾਲੀ ਵੀ ਉੱਥੇ ਪਹੁੰਚ ਜਾਂਦੇ ਭੀੜ ਜ਼ਿਆਦਾ ਹੋ ਜਾਂਦੀ ਹੈ ਸ਼ਹਿਰ ਦੇ ਵਿੱਚ ਠੀਕ ਹੈ ਜੀ ਉਹ ਸ਼ਹਿਰ ਦੇ ਵਿੱਚ ਭੀੜ ਜ਼ਿਆਦਾ ਹੋਣ ਦੇ ਕਰਕੇ ਫਿਰ ਉਹ ਉਹਨਾ ਕੰਮ ਨਹੀਂ ਕਰ ਪਾਉਂਦੇ ਜਿੰਨਾ ਕਰਨਾ ਚਾਹੀਦਾ ਉਹਨਾਂ ਨੂੰ ਅਮਨ ਜੀ ਪੁੱਛੋ ਜੀ ਕੀ ਕਹਿ ਰਹੇ ਹੋ ਰਚਨਾ ਜੀ ਸਰ ਬੁੱਕ ਮਿਲ ਸਕਦੀ ਹੈ ਸਿਲੇਬਸ ਮੁਤਾਬਿਕ ਟਾਈਮ ਲੱਗੇਗਾ ਜੀ ਕੰਮ ਚੱਲ ਰਿਹਾ ਉਸਤੇ ਸਿਲੇਬਸ ਮੁਤਾਬਿਕ ਜਿਹੜੇ ਵੀ ਚਾਹੁੰਦੇ ਨੇ ਪੁੱਛੋ ਜੀ ਅਮਨ ਜੀ ਕੀ ਪੁੱਛ ਰਹੇ ਹੋ ਥੋੜਾ ਜਿਹਾ ਜਲਦੀ ਗੁਰਮੀਤ ਜੀ ਸੁਣ ਲੋ ਧਿਆਨ ਨਾਲ ਬੁੱਕਸ ਨੂੰ ਬੋਲੇ ਹਾਂਜੀ ਹਾਂਜੀ ਜਿਨ੍ਹਾਂ ਨੇ ਆਰਡਰ ਕੀਤਾ ਹੋਇਆ ਬੁੱਕ ਨਹੀਂ ਮਿਲੀ ਸੋ ਉਹਨਾਂ ਨੂੰ ਮੈਂ ਵਾਰ-ਵਾਰ ਇਹ ਰਿਕਵੈਸਟ ਕਰ ਰਿਹਾ ਕਿ 2 ਦਿਨ ਛੁੱਟੀਆਂ ਨੇ ਪੋਸਟ ਆਫਿਸ ਦੇ ਵਿੱਚ ਜਿਸ ਕਾਰਨ ਕੋਈ ਵੀ ਕੰਮ ਨਹੀਂ ਹੋਣੇ ਪੋਸਟ ਆਫਿਸ ਦੇ ਸੋ ਅੱਜ ਜੇ ਆਰਡਰ ਕਰ ਦੋਂਗੇ ਕੱਲ ਵੀ ਆਰਡਰ ਕਰ ਦੋਂਗੇ ਤਾਂ ਹੋਣਾ ਇਹੀ ਕਿ ਕੁਝ ਵੀ ਕੰਮ ਨਹੀਂ ਹੋਣਾ 16 ਨੂੰ ਜਾ ਕੇ ਕੋਈ ਹੀਲਾ ਵਸੀਲਾ ਹੋਣਾ ਸਲਿੱਪ ਨਹੀਂ ਮਿਲੀ ਜੀ ਸਲਿੱਪ ਨਹੀਂ ਮਿਲੀ ਜੀ ਸ਼ਾਇਦਕ 7 ਤੇ 8 ਵਾਲਿਆਂ ਨੂੰ ਇੱਕ ਵਿਚਕਾਰਲੀ ਸਲਿੱਪ ਮਿਸ ਹੈ ਉਹਦਾ ਰੀਜ਼ਨ ਇਹ ਹੈ ਕਿ ਮੈਂ ਕਿਸੇ ਤੋਂ ਮੰਗਵਾਈਆਂ ਸੀ ਉਹ ਉਹਦੇ ਕੋਲ ਹੀ ਪਈਆਂ ਹੋਈਆਂ ਠੀਕ ਹੈ ਸੋ ਮੈਂ ਕੱਲ ਨੂੰ ਪਤਾ ਕਰਕੇ ਤੁਹਾਨੂੰ ਜ਼ਰੂਰ ਭੇਜ ਦਿਆਂਗਾ ਜੇਕਰ ਕੱਲ ਵੀ ਸਲਿੱਪ ਨਹੀਂ ਮਿਲਦੀ ਕਿਸੇ ਨੂੰ ਤਾਂ ਉਹ ਮੈਨੂੰ ਜ਼ਰੂਰ ਖਾਸ ਕਰਕੇ 7 ਤੇ 8 ਵਾਲੇ ਜਿਨ੍ਹਾਂ ਨੇ 7 8 ਨੂੰ ਆਰਡਰ ਕੀਤਾ ਸੀ 6 ਪੇਪਰ ਵੀ ਬਣ ਲਈ ਬੁਕਤਾਂ ਹੋਦੀ ਹੈ ਜੀ ਥੈਂਕ ਯੂ ਸੋਮ ਜੀ ਦੇਖੋ ਜਿਹੜੇ ਵੀ ਪੇਪਰ ਬੜ ਰਹੇ ਆ ਜੇ ਕਿਸੇ ਵੀ ਕੁਐਸਚਨ ਦੇ ਬਾਰੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੁੰਦੀ ਹੈ ਮੈਸੇਜ ਕਰੋ ਤੁਹਾਨੂੰ ਉਹ ਕਨਫਿਊਜ਼ਨ ਦਾ ਉਹ ਕਨਫਿਊਜ਼ਨ ਨੂੰ ਕਲੀਅਰ ਕੀਤਾ ਜਾਵੇਗਾ ਠੀਕ ਹੈ ਰੀਜ਼ਨ ਕਨਫਿਊਜ਼ਨ ਦਾ ਇਹ ਹੈ ਕਿ ਜਿਹੜੇ ਰਾਜਸਥਾਨ ਵਾਲੇ ਪੇਪਰ ਨੇ ਖਾਸ ਕਰਕੇ ਠੀਕ ਹੈ ਜੋ ਦਿੱਲੀ ਦੇ ਨੇ ਉਹ ਅਕੋਰਡਿੰਗ ਟੂ ਬੋਰਡ ਦੇ ਆਨਸਰ ਕੀਤੇ ਗਏ ਆ ਪਰ ਕਰੈਕਟ ਆਨਸਰ ਕਈ ਕਈ ਵਾਰੀ ਇਦਾਂ ਹੈ ਕਿ ਕੋਈ ਹੋਰ ਹੈ ਠੀਕ ਹੈ ਸੋ ਜੇ ਉਸ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੈ ਤਾਂ ਮੈਸੇਜ ਕਰਿਓ ਮੈਂ ਤੁਹਾਨੂੰ ਜਰੂਰ ਉਹਨੂੰ ਕਲੀਅਰ ਕਰਕੇ ਦੱਸਾਂਗਾ ਠੀਕ ਹੈ ਜੀ ਅੱਜ ਦੀ ਕਲਾਸ ਇੱਥੇ ਓਵਰ ਕਰਦੇ ਆ ਇੱਕ ਤੁਹਾਨੂੰ ਮੈਂ ਕੱਲ ਦਾ ਟੌਪਿਕ ਦੱਸ ਦਿਆਂ नंबर अठत् तीन अठत् छियानवे पांच सौ अठारह सेवन एट थ्री सेवन एट नाइन सिक्स फाइव वन एट अगला टॉपिक है जी अमृता प्रीतम सॉरी का टिवाणा तो बाद जो है जी गुरबख्श सिंह प्रीतलड़ी तो कल का विषय गुरबख्श सिंह प्रीतलड़ी की सहजीवनी होगी हाँ जी अठत् तीन अठत् छियानवे पांच सौ अठारह मैं सारी पढ़ लेने पेपर जी अच्छा जी ਵਿਚ ਵਿੱਚ ਟਫ ਹੈ ਜੀ ਕੋਈ ਗੱਲ ਨਹੀਂ ਟਫ ਹੁਣ ਬੋਰਡ ਨੇ ਟਫ ਪਾਈ ਤੇ ਉਹਦਾ ਹੱਲ ਕੀ ਹੈ ਜੀ ਮੀਨਸ ਕੀ ਹੋ ਜੀ ਕੁਐਸਚਨ ਆ ਸਕਦੇ ਆ ਟਫ ਕੁਐਸਚਨ ਵੀ ਪੜੇ ਜਾਣਾ ਐਂਡ ਦੇ ਵਿੱਚ ਦੂਰ ਲੈਕਚਰਰ ਕੈਡਰ ਦੇ ਪੇਪਰ ਨੇ ਰਾਜਸਥਾਨ ਦੇ ਉਹ ਕਾਲਜ ਲੈਵਲ ਦੇ ਆ ਥੋੜੇ ਜੇ ਉਹਨਾਂ 'ਚ ਕੁਝ ਜ਼ਿਆਦਾ ਟਫ ਕੁਐਸਚਨ ਨੇ ਸੋ ਡੋਂਟ ਵਰੀ ਕੰਮ ਦਾ ਬਹੁਤ ਕੁਝ ਹੈ ਉਹਨਾਂ ਲਾਸਟ ਦੋ ਪੇਪਰਾਂ ਦੇ ਵਿੱਚ ਵੀ ਇਸ ਕਰਕੇ ਜਰੂਰ ਫੁਲੀ ਰੀਡ ਕਰਿਆ ਜੇ बाय बाय टेक केयर अठत् तीन अठत् हो गया जी उतो बाद छियानवे पाँच सौ अठारह ठीक है जी चलो जी बाय बाय टेक केयर गुड नाइट स्वीट ड्रीम मिलते हैं कल न ठीक है? नौ बजे सॉरी नौ ती थे।